ਇਕੋ ਰਖਣ ਹਾਰ ਇਕ ਸਕਾਮਨ ਆਸਰਾ ਇਕੋ ਪ੍ਰਾਣ ਆਧਾਰ ਤੇ ਉਸ ਸਰਣਾਈ ਸਦਾ ਸੁਖ पार मन मेरे सगल उपावतयागोरपुरा आराधनेत् ਇਕ ਸ ਕੀ ਲੇਵ ਲਗ ਰਹਾ ਊ ਇਕੋ ਭਾਈ ਮਿਤ ਇਕ ਇਕੋ ਮਾਤ ਪਿਤਾ ਇਕ ਸ ਕੀ ਮਨ ਟੇਕ ਹੈ ਜਨ ਜੀਓ ਪੈੰਡ ਦਿੱਤਾ ਸੋ ਪ੍ਰਭ ਮਨ ਹੋ ਨ ਬਿਸਰੈ ਜਨ ਸਭ ਕੇਸ ਬਸ ਕੀਤਾ ਕਾਰ ਇਕੋ ਬਾਹਰ ਇਕੋ ਥਾਨ ਤਨੰਤਰ ਆਪ ਜੀ ਜੰਤ ਸਭ ਜਨ ਕੀਏ ਆਠ ਪਹਿਰ ਤਿਸ ਜਾਪ ਇਕ ਸਿੱਧੀ ਰਤਿਆ ਨਾ ਹੋਵੀ ਅਸੋਗ ਸੰਤਾਪ ਪਾਰ ਬ੍ਰਹਮ ਪ੍ਰਾਪਤ ਏਕ ਹੈ ਦੂਜਾ ਨਹੀਂ ਕੋਈ ਜੀਉ ਪੰਡ ਸਭ ਦਿਸ ਕਾ ਜੋ ਤਿਸ ਭਾਵੈ ਸੋ ਹੋਇ ਗੁਰ ਪੂਰੈ ਪੂਰਾ ਭਇ ਜਪਨਾਨਕ ਸੱਚਾ ਸੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੁ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਗੋਦ ਵਿੱਚ ਪਰਾਜਮਾਨ ਬਹੁਤ ਹੀ ਸਨਮਾਨਯੋਗ ਗੁਰੂ ਸواری ਸਾਧ ਸੰਗਤ ਜੀ ਇਸ ਸਤਿਗੁਰੂ ਜੀ ਦੀ ਅਪਾਰ ਮਿਹਰਮਤ ਹੈ ਜੋ ਸਬਬ ਨਾਲ ਮੈਨੂੰ ਤੁਹਾਨੂੰ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਾਥ ਸੰਗਤ ਵਿੱਚ ਜੁੜਨ ਦਾ ਸੁਭਾਗ ਅਫਸਰ ਪ੍ਰਾਪਤ ਹੁੰਦਾ ਹੈ ਜਿਸ ਤਰ੍ਹਾਂ ਬੀਆਬਾਨ ਜੰਗਲ ਵਿੱਚ ਕੋਈ ਇਕੱਲਾ ਫਸ ਜਾਏ ਉਹਨੂੰ ਇਹ ਖੌਫ ਇਹ ਡਰ ਸਤਾਉਂਦਾ ਹੈ ਵੀ ਮੈਂ ਕਿਸੇ ਜੰਗਲੀ ਜਾਨਵਰ ਦਾ ਆਹਾਰ ਨਾ ਬਣ ਜਾਵਾਂ ਇਸੀ ਤਰ੍ਹਾਂ ਇਸ ਸੰਸਾਰ ਵਿੱਚ ਸੰਗਤ ਤੋਂ ਵਿਛੜਿਆ ਹੋਇਆ ਵਿਅਕਤੀ ਵਕਾਰਾਂ ਦੇ ਢਾਏ ਚੜ ਜਾਂਦਾ ਹੈ ਜਿਨ੍ਹਾਂ ਨੂੰ ਸਮਝ ਆਈ ਉਹਨਾਂ ਕਹਿ ਦਿੱਤਾ ਵਿਦਣ ਖੋਈ ਮੁੰਦ ਇਕੇਲੀ ਨਾ ਕੋਈ ਸਾਥੀ ਨਾ ਕੋਈ ਬੇਲੀ ਪਰ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ ਜਦੋਂ ਸੰਗਤ ਵਿੱਚ ਕੋਈ ਜੁੜ ਜਾਂਦਾ ਤੇ ਮਾਨੋ ਅੱਲਾ ਉਹਦਾ ਬੇਲੀ ਬਣ ਜਾਂਦਾ ਅੱਲਾ ਉਹਦਾ ਦੋਸਤ ਬਣ ਜਾਂਦਾ ਔਰ ਜਿਹਦਾ ਦੋਸਤ ਅੱਲਾ ਬਣ ਜਾਏ ਉਹਦਾ ਕੋਈ ਵਿਗਾੜ ਨਹੀਂ ਸਕਦਾ ਮੈਂ ਅਕਸਰ ਅਰਜ਼ ਕਰਨਾ ਹੁੰਨਾ ਗੁਰਸਵਾਰਿਓ ਘਰਾਂ ਵਿੱਚ ਤੁਸੀਂ ਵਾਸ਼ਿੰਗ ਮਸ਼ੀਨਾਂ ਵਰਤਦੇ ਹੋ ਸਵਾਨੀਆਂ ਇੱਕ ਦਿਨ ਦੋ ਦਿਨ ਕੱਪੜੇ ਪੈ ਜਾਣ ਤੇ ਕਹਿੰਦੀਆਂ ਨੇ ਜੀ ਲਾ ਦਿਓ ਔਰ ਫਿਰ ਉਹਨੂੰ ਪਾ ਕੇ 40 45 ਮਿੰਟ ਤੇ ਸੈਟਿੰਗ ਕਰਕੇ ਸਰ ਪਾ ਕੇ ਉਹ ਕੱਪੜੇ ਨੂੰ ਵਾਸ਼ ਕਰ ਦਿੰਦੀ ਹੈ ਸੁਕਾਣ ਵਾਲੀ ਵਿੱਚ ਪਾ ਕੇ ਬਾਹਰ ਕੱਢ ਦਿੱਤੇ ਕੱਪੜੇ ਸਾਫ਼ ਹੋ ਗਏ ਹੁਣ ਜੇ ਕੋਈ ਮੇਰੇ ਵਰਗਾ ਮਹੀਨਾ ਕੱਪੜੇ ਨਾ ਲਾਏ ਤੇ ਵਾਸ਼ਿੰਗ ਮਸ਼ੀਨ ਵਿੱਚ ਪਾ ਕੇ ਵਾਸ਼ਿੰਗ ਮਸ਼ੀਨ ਚਲਾ ਵੀ ਦਈਏ ਤੇ ਉਹ ਮਸ਼ੀਨ ਦੀ ਕੋਈ ਪੇਸ਼ ਨਹੀਂ ਜਾਂਦੀ ਉਹਨੂੰ ਰੋਕ ਕੇ ਉਹਦੇ ਕਾਲਰ ਤੇ ਕਫ ਦੁਬਾਰਾ ਰਗੜਨੇ ਪੈਂਦੇ ਨੇ ਕਿਉਂਕਿ ਜ਼ਿਆਦਾ ਦਿਨ ਮਸ਼ੀਨ ਨਾਲੋਂ ਉਹਦਾ ਨਾਤਾ ਟੁੱਟਾ ਰਿਹਾ ਠੀਕ ਇਸੇ ਤਰ੍ਹਾਂ ਇਹ ਸਾਧ ਸੰਗਤ ਜਿਹੜੀ ਹੈ ਮਾਨੋ ਇੱਕ ਵਾਸ਼ਿੰਗ ਮਸ਼ੀਨ ਹੈ ਸਾਡੀ ਆਤਮਾ ਸਾਡਾ ਮਨ ਜਿਹੜਾ ਹੈ ਉਹ ਮਾਨੋ ਇੱਕ ਕੱਪੜਾ ਹੈ ਜਿਸ ਤਰ੍ਹਾਂ ਕੱਪੜੇ ਨੂੰ ਦੋ ਇੱਕ ਦਿਨ ਪਾਣ ਤੋਂ ਬਾਅਦ ਜੇ ਵਾਸ਼ਿੰਗ ਮਸ਼ੀਨ ਚ ਪਾ ਦਈਏ ਤੇ ਉਹ ਉਹਨੂੰ ਸਾਫ਼ ਕਰ ਦਿੰਦਾ ਪਰ ਜ਼ਿਆਦਾ ਦਿਨ ਹੋ ਜਾਂਦੇ ਉਹਦੀ ਪੇਸ਼ ਨਹੀਂ ਜਾਂਦੀ ਇਸੇ ਤਰ੍ਹਾਂ ਗੁਰੂ ਸਵਾਰਿਓ ਦੀ ਦਿਹਾੜੀ ਵਿੱਚ ਇੱਕ ਵਾਰਾਂ ਵੀ 10 20 ਮਿੰਟ 30 ਮਿੰਟ ਸਤ ਸੰਗਤ ਹੋ ਜਾਏ ਕੀਰਤਨ ਕਥਾ ਨਾਲ ਰਾਫਤਾ ਬਣ ਜਾਏ ਤੇ ਉਹ ਜਿਹੜੇ ਫੁਆਰੇ ਪੈਂਦੇ ਨੇ ਉਹ ਮੈਲ ਨੂੰ ਉਡਾ ਦਿੰਦੇ ਨੇ। ਇਹੀ ਕਾਰਨ ਨੇ ਵੀ ਬਾਣੀਕਾਰਾਂ ਨੇ ਬਖਸ਼ਿਸ਼ ਕੀਤੀ ਵੀ ਭਰੀਏ ਹੱਥ ਪੈਰ ਤਨ ਦੇ। ਸਧਾਰਨ ਤੌਰ ਤੇ ਹੱਥ ਪੈਰ ਮਿੱਟੀ ਕੱਟੇ ਨਾਲ ਲਿਬੜ ਜਾਣ ਤੇ ਪਾਣੀ ਤੋਤੈ ਉਤਰਸ ਖੇ। ਫਿਰ ਦੂਜਾ ਸਟੈਪ 'ਚ ਕਹਿਣ ਲੱਗੇ ਮੂਤ ਪਲੀਤੀ ਜਿਆਦਾ ਕੱਪੜੇ ਪਲੀਤ ਹੋ ਜਾਣ। ਮਲ ਨਾਲ ਮੂਤ ਨਾਲ ਫਿਰ ਕੱਲਾ ਪਾਣੀ ਨਹੀਂ ਪਾਣੀ ਪਲੱਸ ਦੇ ਸਾਬੂਨ ਲਈਏ ਠੀਕ ਇਸੇ ਤਰ੍ਹਾਂ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਪੈ ਉਹ ਨਾਵੇਂ ਦੇ ਫੁਆਰੇ ਸਾਤ ਸੰਗਤ ਵਿੱਚ ਚੱਲਦੇ ਨੇ ਇਸੇ ਵਾਸਤੇ ਹਜ਼ੂਰ ਕਹਿੰਦੇ ਨੇ ਵੱਡ ਭਾਗੀ ਹਰ ਸੰਗਤ ਪਾਵੇਂ ਭਾਗਹੀਨ ਪ੍ਰਮ ਚੋਟਾ ਖਾਵੇਂ ਬਿਨ ਭਾਗਾ ਸਤ ਸੰਗ ਨਾ ਲੱਭੈ ਔਰ ਜੇ ਨਾ ਲੱਭੈ ਤੇ ਫਿਰ ਕੀ ਹੁੰਦਾ ਬਿਨ ਸੰਗਤ ਮਹਿਲ ਪ੍ਰੀਜਾ ਜੀ ਸੰਗਤ ਤੋਂ ਬਿਨਾ ਫਿਰ ਮਨ ਦੇ ਉੱਤੇ ਫੁਰਨਿਆਂ ਦੀ ਵਕਾਰਾਂ ਦੀ ਮਹਿਲ ਲੱਗਦੀ ਏ ਔਰ ਸੰਗਤ ਵਿੱਚ ਆ ਕੇ ਧੁੱਪਦੀ ਏ ਨਿਰਸੰਦੇਹ ਗੁਰੂ ਸਵਾਰਿਓ ਇਹ ਵੱਡਿਆਂ ਪਾਗਾਂ ਦੀ ਨਿਸ਼ਾਨੀ ਏ ਸਤਗੁਰੂ ਨੇ ਵਿਧ ਬਣਾਈ ਏ ਆਓ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਅਧੀਨ ਹੁਣੇ-ਹੁਣੇ ਗੁਰੂ ਸਵਾਰਿਆਂ ਤੋਂ ਆਪ ਜੀ ਨੇ ਜੋ ਗੁਰਬਾਣੀ ਦਾ ਇੱਕ ਸ਼ਬਦ ਸਰਵਣ ਕੀਤਾ ਹੈ ਅਸੀਂ ਸਾਰਿਆਂ ਨੇ ਰਲ ਕੇ ਇਸ ਸ਼ਬਦ ਨੂੰ ਵਿਚਾਰਨ ਦਾ ਯਤਨ ਕਰਨਾ ਹੈ ਸੇਵਾਦਾਰ ਤੁਹਾਡੇ ਚਰਨਾਂ ਵਿੱਚ ਅਗਲੀਆਂ ਬੇਨਤੀਆਂ ਕਰੇ ਆਰੰਭ ਵਿੱਚ ਹੀ ਬੇਨਤੀ ਏ ਵੀ ਸੈੱਲ ਫੋਨ ਬੰਦ ਕਰ ਲੈ ਜਾਨ ਜਾਂ ਸਾਇਲੈਂਟ ਤੇ ਲਗਾ ਲੈ ਜਾਨ ਬੜੀ ਮਿਹਰਬਾਨੀ ਹੋਵੇਗੀ ਤੁਸੀਂ ਅਸੀਸ ਦੇਣੀ ਏ ਇਕਾਗਰਤਾ ਬਖਸ਼ਿਸ਼ ਕਰਕੇ ਨਾ ਚੀਜ਼ ਸੇਵਾਦਾਰ ਤੋਂ ਚੰਦ ਮਿੰਟ ਆਪ ਸੇਵਾ ਲੈਣੀ ਏ ਔਰ ਇੱਕ ਗੱਲ ਸਮਝਣਾ ਇਹ ਜਿਹੜਾ ਵਿਸ਼ਾ ਹੈ ਨਾ ਹੁਣ ਤੇ ਅਲਜਬਰਾ ਉੱਡ ਗਿਆ ਹੈ ਮਾਇਤ ਚੋਂ ਅਸਲ ਵਿੱਚ ਇਹ ਅਲਜਬਰੇ ਵਰਗਾ ਟੌਪਿਕ ਹੈ ਇਹਨੂੰ ਇੰਜੋਏ ਟਾਈਪ ਨਹੀਂ ਮੈਂ ਇਸ ਤਰ੍ਹਾਂ ਸਮਝਣਾ ਹੋ ਸਕਦਾ ਮੈਂ ਰੋਂਗ ਹੋਵਾਂ ਇਹਨੂੰ ਤੁਸੀਂ ਜਿਸ ਤਰ੍ਹਾਂ ਕੋਈ ਬੱਚਾ ਮੈਡੀਕਲ ਲੈ ਲੈਂਦਾ ਬਾਇਓਲੋਜੀ ਦੀ ਕਲਾਸ ਲੱਗੀ ਏ ਨਾਨ ਮੈਡੀਕਲ ਵਿੱਚ ਉਹਦੀ ਫਿਜ਼ਿਕਸ ਦੀ ਜਾਂ ਕੈਮਿਸਟਰੀ ਦੀ ਜਾਂ ਮੈਥ ਦਾ ਪੀਰੀਅਡ ਲੱਗਾ ਇਸ ਤਰ੍ਹਾਂ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਆਵਿਆ ਕਰੋ ਵੀ ਇਹ ਇੱਕ ਕਿਸਮ ਦੀ ਕਲਾਸ ਹੈ ਸਤ ਸੰਗਤ ਸਤਗੁਰ ਚਟਸਾਲ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ ਜਿਹੜੀ ਸਤ ਸੰਗਤ ਹੈ ਨਾ ਇਹ ਸਤਗੁਰ ਦਾ ਸਕੂਲ ਹੈ ਜਿਵੇਂ ਸਕੂਲ ਵਿੱਚ ਵਿਦਿਆਰਥੀ ਪੜਨ ਆਉਂਦੇ ਨੇ ਟੀਚਰ ਪੜ੍ਹਾਣ ਆਉਂਦਾ ਏ ਇਸੇ ਤਰ੍ਹਾਂ ਇੱਥੇ ਵੀ ਪੜਨ ਪੜ੍ਹਾਣ ਦਾ ਸਿਲਸਿਲਾ ਜਿੱਤ ਹਰ ਗੁਣ ਸਿੱਖਾ ਅਸੀਂ ਇੱਥੇ ਉਹ ਕੁਝ ਸਿੱਖਣਾ ਹੈ ਜਿਹੜੇ ਗੁਣਾਂ ਨੂੰ ਧਾਰਨ ਕਰਕੇ ਮਨੁੱਖ ਹਰੀ ਨੂੰ ਮਿਲ ਪੈਂਦਾ ਹੈ ਤਾਂ ਗੁਰਸਵਾਰਿਓ ਆਓ ਸਾਰੇ ਆਪਾਂ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਇਸ ਤਰ੍ਹਾਂ ਤਿਆਰ ਕਰੀਏ ਜਿਸ ਤਰ੍ਹਾਂ ਅਸੀਂ ਕੋਈ ਧਰਮ ਦੀ ਕਲਾਸ ਲਗਾਉਣ ਲੱਗੇ ਆ ਸਾਰੇ ਇਕਾਗਰਤਾ ਦੇ ਨਾਲ ਇੱਕ ਵਾਰਾਂ ਪਿਆਰ ਭੇਜ ਇਕੱਠੇ ਹੋ ਕੇ ਉਚਾਰਨ ਕਰੋ ਅਤੇ ਆਖੋ ਜੀ ਸਤਨਾਮ ਸ੍ਰੀ ਗੁਰੂ ਜੀ ਜੀਓ ਮਨ ਮੇਰੇ ਸਗਲ ਉਪਾਵ ਤਿਆਗ ਗੌਰਪੂਰਾ ਆਰਾਧ ਨਿਤ ਇਕਸ ਕੀ ਲੇਵ ਲਾਗ ਮਨ ਮੇਰੇ हे ਮੇਰੇ ਮਨ ਸਗਲ ਉਪਾਵ त्याग ਆ ਜਿਤਨੇ ਵੀ ਤੂੰ ਉਪਾਅ ਕਰਨਾ ਇਹ ਛੱਡ ਦੇ ਫਿਰ ਕੀ ਕਰਾਂ ਤਾਂ ਗੁਰੂ ਸਵਾਰਿਓ ਇਹ ਸਾਡੀ ਵਿਚਾਰ ਦਾ ਆਧਾਰ ਹੈ ਇਹ ਸਾਡੀ ਵਿਚਾਰ ਦਾ بیس ਹੈ ਜਰੂਰ ਉ체ਚਾ ਧਿਆਨ ਦੇ ਆਜੇ ਜਿਸ ਤਰ੍ਹਾਂ ਤੁਸੀਂ ਘਰਾਂ ਚ ਟੈਲੀਵਿਜ਼ਨ LCD LED ਰੱਖੀਏ ਡਿਸ਼ ਨਾ ਹੋਵੇ ਤੇ ਉਹ LCD LED ਕੁਛ ਨਹੀਂ ਕਰ ਸਕਦੀ ਔਰ ਦੇਸ਼ ਹੋਵੇ ਤੇ LCD LED ਨਾ ਹੋਵੇ ਤੇ ਗੱਲ ਤਾਂ ਵੀ ਨਹੀਂ ਬਣਦੀ। ਇਸੇ ਤਰ੍ਹਾਂ ਕੰਨ ਦਾ ਆਪਣਾ ਕੰਮ ਜੇ ਔਰ ਮਨ ਦਾ ਆਪਣਾ ਰੋਲ ਹੈ। ਜਦੋਂ ਗੁਰੂ ਦਰਬਾਰ ਵਿੱਚ ਬਹਿਣਾ ਹੈ, ਕੰਨ ਤੇ ਮਨ ਦੋਵੇਂ ਹਾਜ਼ਰ ਰੱਖਣੇ ਨੇ। ਮਹਿੰਗੀਆਂ ਫੀਸਾਂ ਦੇ ਕੇ ਜਦੋਂ ਅਸੀਂ ਕਿਸੇ ਸਕੂਲ ਵਿੱਚ ਬੱਚੇ ਨੂੰ ਭੇਜਨੇ ਆ ਤੇ ਵੈਨ ਵਿੱਚ ਬਿਠਾਉਣ ਤੋਂ ਪਹਿਲਾਂ ਕਹਿੰਦੇ ਆ ਬੇਟਾ ਧਿਆਨ ਨਾਲ ਪੜੀਂ। ਖਰਚਾ ਤੇ ਹੋ ਰਿਹਾ ਹੈ, ਉੱਥੇ ਬੇਧਿਆਨਾਂ ਵਕਤ ਪਾਸ ਕਰਕੇ ਨਾ ਆ ਜਾਈਂ। ਧਿਆਨ ਨਾਲ ਪੜੀ ਕਿਉਂਕਿ ਖਰਚਾ ਬੜਾ ਹੋ ਰਿਹਾ ਔਰ ਧਿਆਨ ਕੀਏ ਜੋ ਅਧਿਆਪਕ ਕਹਿ ਰਿਹਾ ਹੈ ਸੁਰਤੋਂ ਦੇ ਵੱਲ ਰੱਖਣੀ। ਤਾਂ ਗੁਰੂ ਸਵਾਰੀ ਮੈਂ ਅਰਜ ਕਰ ਰਿਹਾ ਸਾਂ ਮਹਾਰਜ ਕਹਿੰਦੇ ਨੇ ਵੀ ਸਗਲ ਉਪਾਅ ਤਿਆਗ ਗੁਰਪੂਰਾ ਆਰਾਧਨਿਤ ਇੱਕ ਸਕੀਲ ਇੱਕ ਸਕੀਲੇਵਲਾਗ ਵਿੱਚ ਗੁਰੂ ਕਿਉਂ ਆ ਗਿਆ ਕਿਉਂਕਿ ਉਸ ਗੁਰੂ ਕੋਲੋਂ ਇਹ ਦਾਤ ਪ੍ਰਾਪਤ ਹੋਣੀ ਹੈ ਲਿਵ ਇੱਕ ਨਾ ਲਾਣੀ ਹੈ। ਇੱਕ ਅਕਾਲ ਪੁਰਖ ਨਾਲ ਜੁੜਨਾ ਹੈ। ਹੋਰ ਸਾਰੇ ਉਪਾਤਿਆਗ ਦੇਣੇ। ਅਸੀਂ ਕੀ ਕਰਨੇ ਆ? ਅਸੀਂ ਮੀਨ ਜਿਹੜੇ ਤੁਸੀਂ ਗੁਰੂ ਦਰਬਾਰ ਵਿੱਚ ਬੈਠੇ ਹੋ ਮਰਾਦ ਇਹ ਨਹੀਂ। ਜ਼ਿਆਦਾਤਰ ਸਾਡੀ ਕਮਿਊਨਿਟੀ 'ਚ ਕੀ ਹੋ ਰਿਹਾ ਹੈ? ਸਿਮਰਨ ਕੋਈ ਨਹੀਂ। ਉਪਾਅ ਬੜੇ ਨੇ। ਕਿੱਥੇ ਗਏ ਸੋ ਜੀ? ਉਹਦੀ ਉਪਾਅ ਕਰਾਣ ਗਏ ਸਾਂ ਸਿਆਣੇ ਕੋਲ। ਆ ਜਿਹੜੇ ਤਵੀ ਤਾਗੇ ਕਰਦੇ ਨੇ ਸਾਡੇ ਆਮ ਪਿੰਡਾਂ 'ਚ ਉਹਨਾਂ ਨੂੰ ਸਿਆਣਾ ਕਹਿ ਦਿੰਦੇ ਨੇ ਸਿਆਣਾ। ਸਿਆਣੇ ਕੋਲ ਗਏ ਸਾਂ ਜੀ। ਵਾਹਿਗੁਰੂ ਉਪਾਕਰਣ ਵਾਸਤੇ ਗਏ ਸਾਂ ਜੀ। ਤੋਂ ਗੁਰੂ ਸਵਾਰਿਓ ਅੱਜ ਸਤਿਗੁਰੂ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਜੁੜੇ ਰਿਆ ਜੇ। ਹੋਰ ਸਾਰੇ ਉਪਾ ਛੱਡ ਦੇ। ਉਹਨਾਂ ਉਪਾਵਾਂ ਵਿੱਚ ਕਰਮਕਾਂਡ ਵੀ ਆਉਂਦੇ ਨੇ। ਉਹਨਾਂ ਉਪਾਵਾਂ ਵਿੱਚ ਜੰਤਰ ਵੀ ਆਉਂਦੇ ਨੇ, ਉਹਨਾਂ ਉਪਾਵਾਂ ਵਿੱਚ ਮੰਤਰ ਵੀ ਆਉਂਦੇ ਨੇ, ਉਹਨਾਂ ਉਪਾਵਾਂ ਵਿੱਚ ਤੰਤਰ ਵੀ ਆਉਂਦੇ ਨੇ, ਤਿੰਨ ਕਿਸਮ ਦੀ ਵਿੱਦਿਆ ਹੈ। ਇੱਕ ਨੂੰ ਜੰਤਰ ਕਹਿੰਦੇ ਨੇ, ਇੱਕ ਨੂੰ ਤੰਤਰ ਕਹਿੰਦੇ ਨੇ, ਇੱਕ ਨੂੰ ਮੰਤਰ ਕਹਿੰਦੇ ਨੇ। ਉਹਨੂੰ ਮੈਂ ਐਕਸਪਲੇਨ ਕਰਾਂ ਵਕਤ ਮੈਨੂੰ ਇਜਾਜ਼ਤ ਨਹੀਂ ਦਿੰਦਾ ਪਰ ਸਾਨੂੰ ਜਪ ਸਾਹਿਬ ਵਿੱਚ ਕਲਗੀ ਤਰਪਾਤਸ਼ਾ ਨੇ ਇਸ਼ਾਰਾ ਕਰ ਦਿੱਤਾ ਵੀ ਤੂੰ ਜੰਤਰ ਨਾਲ ਤੰਤਰ ਨਾਲ ਮੰਤਰ ਨਾਲ ਨਹੀਂ ਜੁੜਨਾ ਜਿਹੜਾ ਜੰਤਰਾਂ ਦਾ ਮਹਾਜੰਤਰ ਤੰਤਰਾਂ ਦਾ ਮਹਾਤੰਤਰ ਉਹਦੇ ਅੱਗੇ ਹੱਥ ਜੋੜ ਕੇ ਕਹਿਣਾ ਨਮੋ ਮੰਤਰ ਮੰਤਰੇ ਇਹ ਮੰਤਰਾਂ ਦੇ ਮਹਾਮੰਤਰ ਤੇਰੇ ਸਾਹਮਣੇ ਨਮਸਕਾਰ ਹੈ ਇਹ ਤੰਤਰਾਂ ਦੇ ਮਹਾਤੰਤਰ ਤੇਰੇ ਸਾਹਮਣੇ ਨਮਸਕਾਰ ਔਰ ਉਹ ਮੰਤਰਾਂ ਦਾ ਮਹਾ ਮੰਤਰ ਤੰਤਰਾਂ ਦਾ ਮਹਾ ਤੰਤਰ ਜੰਤਰਾਂ ਦਾ ਮਹਾ ਜੰਤਰ ਕੌਣ ਹੈ ਇੱਕ ਅਕਾਲ ਪੁਰਖ ਵੈਗੁਰੂ ਇੱਕ ਸਕੀਲੇ ਬਲਾ ਖੁਸ਼ੀ ਦੇ ਸਮਾਗਮਾਂ ਵਿੱਚ ਨਾ ਘਰਾਂ 'ਚ ਰਾਗੀ ਸਿੰਘਾਂ ਨੂੰ ਕਹਿੰਦੇ ਨੇ ਮਕਾਨ ਦੀ ਚੱਟ ਹੋਵੇ ਆਨੰਦ ਕਾਰਜ ਹੋਵੇ ਕੋਈ ਹੋਰ ਖੁਸ਼ੀ ਦਾ ਸਮਾਗਮ ਹੋਵੇ ਨਾ ਸਾਡੀ ਕਮਿਊਨਿਟੀ 'ਚ ਮੈਂ ਆਮ ਤੌਰ ਤੇ ਵੇਖਿਆ ਕਹਿੰਦੇ ਨੇ ਭਾਈ ਸਾਹਿਬ ਲੱਖ ਖੁਸ਼ੀਆਂ ਪਾਤਸ਼ਾਹੀਆਂ ਵਾਲਾ ਸ਼ਬਦ ਜ਼ਰੂਰ ਸੁਣਾਓ ਔਰ ਉਹ ਟੇਕ ਵੀ ਉਸੇ ਦੀ ਬਣਾ ਲੈਂਦੇ ਨੇ ਗੁਰਮੁਖ ਪਿਆਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਤੋ ਉਹ ਕੀਰਤਨ ਕਰਾਣ ਵਿੱਚ ਕਰਨ ਵਿੱਚ ਹਰ ਜ ਕੋਈ ਨਹੀਂਗਾ ਕਿਉਂਕਿ ਉਹ ਵੀ ਤੇ ਬਾਣੀ ਆ ਨਾ ਪਰ ਕਦੀ ਗਾਉ ਨਾਲ ਉਹ ਸ਼ਬਦ ਨੂੰ ਪੜੋ ਉਹਦੇ ਵਿੱਚ ਸੈਂਟਰਲ ਆਈਡੀਆ ਪਤਾ ਕੀ ਹੈ ਮੇਰੇ ਮਨ ਇਕਸ ਸਿਉ ਸਤੁਲਾ ਚਿਤ ਲਾਇ ਕਿਉਂ ਕਿਉਂਕਿ ਇਕਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਮਾਇ ਸਮੁੱਚੇ ਸ਼ਬਦ ਵਿੱਚ ਇੱਕ ਅਕਾਲ ਪੁਰਖ ਵੈਗਰੂ ਦੇ ਨਾਲ ਸੁਰਤ ਜੋੜਨ ਦੀ ਸਾਨੂੰ ਪ੍ਰੇਰਨਾ ਹੈ ਕਿਉਂਕਿ ਗੁਰਮਤ ਦਾ ਜਿਹੜਾ ਫਲਸਫਾ ਏਕੇ ਦੇ ਸੰਬੰਧ ਵਿੱਚ ਹੈ ਉਹਦਾ ਨਿਚੋੜ ਕੀ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਏਕੋ ਹੈ ਭਾਈ ਏਕੋ ਹੈ ਸੋ ਹੈ ਭਾਈ ਏਕੋ ਹੈ ਇਕੋ ਹੈ ਭਾਈ ਏਕੋ ਹੈ ਜੀ ਏਕੋ ਹੈ ਭਾਈ ਏਕੋ ਹੈ 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 ਸਾਹਿਬ ਮੇਰਾ ਏਕੋ ਹੈ ਸਾਹਿਬ ਮੇਰਾ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਾਹਿਬ ਇੱਕ ਹੈ ਇਹ ਕਹਿਣ ਦੀ ਜ਼ਰੂਰਤ ਕਿਉਂ ਪਈ ਕਿਉਂਕਿ ਗੁਰਮਤ ਦੇ ਪ੍ਰਕਾਸ਼ ਤੋਂ ਪਹਿਲਾਂ ਨਾ ਸਾਧ ਸੰਗਤ ਸਿੱਖੀਜ਼ਮ ਦੀ ਆਮਦ ਤੋਂ ਪਹਿਲਾਂ ਧਰਤੀ ਦੇ ਉੱਤੇ ਇੱਕ ਦੀ ਗੱਲ ਕਿਸੇ ਨੇ ਨਹੀਂ ਕੀਤੀ ਮੈਂ ਅਰਜ਼ ਕਰਦੇ ਆਂ ਪੀ ਪੂਰੇ ਵਿਸ਼ਵ ਦੇ ਜਿਹੜੇ ਧਰਮ ਨੇ ਮਜ਼ਬ ਨੇ ਸੰਪਰਦਾਵਾਂ ਨੇ ਵਿਦਵਾਨਾਂ ਨੇ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਡਿਵਾਈਡ ਕੀਤਾ ਹੈ ਇੱਕ ਦਾ ਨਾਮ ਰੱਖਿਆ ਵੈਦਿਕ ਮਤ ਦੂਜੇ ਦਾ ਨਾਮ ਰੱਖਿਆ ਸ਼ਾਮੀ ਮਤ ਸ਼ਾਮੀ ਮਤ ਵਿੱਚ ਯਹੂਦੀ ਇਸਲਾਮੀ ਔਰ ਈਸਾਈ ਜੁੜੇ ਰਿਆ ਜੇ ਇਹ ਤਿੰਨ ਕੌਮਾਂ ਨੂੰ ਬ੍ਰੀਫ ਵਿੱਚ ਕਹਿਣਾ ਹੋਵੇ ਤੇ ਸ਼ਾਮੀ ਮਤ ਕਹਿੰਦੇ ਨੇ ਔਰ ਵੈਦਿਕ ਮਤ ਵਿੱਚ Hindu ਧਰਮ ਬੋਧ ਧਰਮ ਇਹ ਸਾਰੇ ਆ ਜਾਂਦੇ ਨੇ ਸ਼ਾਮੀ ਮਤਾਂ ਨੂੰ ਪੁੱਛੀਏ ਖੁਦਾ ਦੀ ਹਸਤੀ ਬਾਰੇ ਤੇ ਉਹ ਕਹਿੰਦੇ ਨੇ ਵੀ ਇੱਕ ਭਗਵਾਨ ਹੈ ਇੱਕ ਉਹਦੇ ਪੈਰਲਰ ਸ਼ੈਤਾਨ ਹੈ ਸ਼ੈਤਾਨ ਮਨੁੱਖ ਨੂੰ ਬਦੀ ਕਰਨ ਵਾਸਤੇ ਪ੍ਰੇਰਦਾ ਹੈ ਸ਼ੈਤਾਨ ਮਨ ਵਿੱਚ ਅਸਰ ਪਾ ਕੇ ਨਾ ਮਨੁੱਖ ਨੂੰ ਬਦੀ ਵਾਲੇ ਪਾਸੇ ਪ੍ਰੇਰਦਾ ਹੈ ਤੋਂ ਸ਼ਾਮੀ ਮਤਾਂ ਵਿੱਚ ਸ਼ੈਤਾਨ ਦੀ ਹیثیت ਨੂੰ ਮੰਨਿਆ ਗਿਆ ਭਗਵਾਨ ਦੇ ਪੈਰਲਰ ਉਹਦਾ ਇੱਕ ਸ਼ਰੀਰਕ ਬਣਾ ਦਿੱਤਾ ਉਹਨੂੰ ਸ਼ੈਤਾਨ ਕਹਿ ਦਿੱਤਾ ਜੇ ਹੋ ਸਕੇ ਤੇ ਥੋੜਾ ਬੱਚੇ ਨੂੰ ਜੇ ਡਿਸਟੈਂਸ ਤੇ ਲੈ ਜਾਓ ਤੇ ਵਕਤ ਬਚ ਜਾਏਗਾ ਔਰ ਅਸੀਂ ਆਪਣੇ ਏਮ ਵਿੱਚ ਸਫਲ ਹੋ ਜਾਾਂਗੇ ਜੁੜੇ ਰਿਹਾ ਜੇ ਇੱਕ ਵਾਰੀ ਸਾਰੀ ਸੰਗਤ ਕਿਰਪਾ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵੈਦਿਕ ਮਤਾਂ ਵਿੱਚ ਕੀ ਹੋਇਆ ਵੀ ਉੱਥੇ ਦੋ ਤਾਕਤਾਂ ਦੀ ਬਜਾਏ ਤਿੰਨ ਤਾਕਤਾਂ ਆ ਗਈਆਂ ਇੱਕ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਦੂਸਰਾ ਪਰਵਰਿਸ਼ ਕਰਦਾ ਹੈ ਔਰ ਤੀਸਰਾ ਸੰਘਾਰ ਕਰਦਾ ਹੈ ਇਹ ਮੈਨੂੰ ਤਾਂ ਅਰਜ਼ ਕਰਨੀ ਪੈ ਰਹੀ ਹੈ ਵੀ ਅੱਜ ਸਾਰੇ ਸ਼ਬਦ ਵਿੱਚ ਜਿਹੜਾ ਪ੍ਰধান ਵਿਸ਼ਾ ਹੈ ਉਹ ਮਹਾਰਾਜ ਇੱਕ ਨਾਲ ਜੋੜ ਰਹਿਣ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਗੁਰੂ ਨਾਨਕ ਸਾਹਿਬ ਨੇ ਗੱਲ ਹੀ ਇੱਕ ਓੰਗ ਕਾਰ ਤੋਂ ਸ਼ੁਰੂ ਕੀਤੀ ਹੈ ਬਾਅਦੂਦ ਉਹਦੇ ਫੇਰ ਵੀ ਏਕੇ ਦੀ ਗੱਲ ਛੱਡ ਕੇ ਕਈ ਵਾਰਾਂ ਅਸੀਂ ਪਟਕ ਜਾਂਦੇ ਹਾਂ ਪ੍ਰਮਾਤਮਾ ਦੇ ਪੈਰਲਰ ਅਸੀਂ ਕਿਸੇ ਸ਼ਕਤੀ ਨੂੰ ਕਿਸੇ ਦੇਵਤੇ ਨੂੰ ਇਥੋਂ ਤੱਕ ਕਿਸੇ ਵਿਅਕਤੀ ਨੂੰ ਹੀ ਮੰਨ ਬੈਠਨੇ ਆ। ਤੋਂ ਵਾਰ-ਵਾਰ ਗੁਰਮਤੀਆਂ ਨੇ ਬਾਣੀਕਾਰਾਂ ਨੇ ਇਹ ਗੱਲ ਤਾਂ ਪ੍ਰਚੰਡ ਕੀਤੀ ਵੀ ਅਸੀਂ ਇਸ ਭੁਲੇਖੇ ਦਾ ਸ਼ਿਕਾਰ ਨਾ ਹੋਈਏ। ਵੈਦਕ ਮਤਾ ਨੇ ਤਿੰਨ ਤਾਕਤਾਂ ਮੰਨੀਆਂ ਇੱਕ ਪੈਦਾ ਕਰਨ ਵਾਲਾ ਇੱਕ ਪਰਵਰਿਸ਼ ਕਰਨ ਵਾਲਾ ਔਰ ਇੱਕ ਉਹਨਾਂ ਦਾ ਸੰਘਾਰ ਕਰਨ ਵਾਲਾ। ਪਰ ਜਦੋਂ ਸਿੱਖੀਸਮ ਦੀ ਵਾਰੀ ਆਈ ਉਹਨਾਂ ਭਗਵਾਨ ਦੇ ਪੈਰਲਰ ਕਿਸੇ ਸ਼ੈਤਾਨ ਨੂੰ ਨਹੀਂ ਮੰਨਿਆ। ਉਹਨਾਂ ਨੇ ਸਨਾਤਨ ਧਰਮ ਦੇ ਜਿਹੜੇ ਤ੍ਰਿਦੇਵ ਨੇ ਉਹਨਾਂ ਦੀ ਹੈਸੀਅਤ ਨੂੰ ਵੀ ਕੰਡੈਮ ਕਰ ਦਿੱਤਾ ਤੇ ਆਖਿਆ ਕਿ ਆਸਾ ਕੀ ਵਾਰ ਦਾ ਕੀਰਤਨ ਸੁਣਦੇ ਹੋ ਪਹਿਲਾ ਜਿਹੜਾ ਸੈਟ ਏ ਬਲਿਹਾਰੀ ਗੁਰ ਆਪਣੇ ਜੇ ਸੋ ਚੰਦਾ ਉਗਮੈ ਔਰ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸਚੇ ਤਿੰਨਾ ਸ਼ਲੋਕਾਂ ਤੋਂ ਬਾਅਦ ਜਿਹੜੀ ਪਹਿਲੀ ਪੌੜੀ ਏ ਉਹਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਕਰਦੇ ਨੇ ਆਪੀ ਨੈ ਆਪ ਸਾਜਿਓ ਸ੍ਰਿਸ਼ਟੀ ਰਚਨਾ ਬਾਰੇ ਵੀ ਇਹ ਇਸ਼ਾਰਾ ਪਹਿਲਾ ਅਕਾਲ ਪੁਰਖ ਨੇ ਆਪਣੇ ਆਪ ਨੂੰ ਸਾਜਿਆ ਹੁਣ ਮੈਂ ਅਕਸਰ ਅਰਜ਼ ਕਰਨਾ ਹੁੰਦਾ ਕਈ ਆਡੀਅન્સ ਜਿਹੜੇ ਸਾਮੈਨ ਨੇ ਇਹਦੇ ਵਿੱਚ ਉਹ ਵੀ ਬੈਠੇ ਨੇ ਜਿਹੜੇ ਸ਼ੁਰੂ ਤੋਂ ਇਸ ਸਮਾਗਮ ਨੂੰ ਸਰਵਣ ਕਰ ਰਹੇ ਨੇ ਰਾਜਗੁਰੂ ਨਗਰ ਤੋਂ ਤਾਂ ਮੈਂ ਦੁਹਰਾਈ ਵਾਸਤੇ ਖਿਮਾ ਵੀ ਚਾਹਾਂਗਾ ਵੀ ਆਮ ਤੌਰ ਤੇ ਅਸੀਂ ਕਹਿੰਦੇ ਆਂ ਵੀ ਇਹ ਠੀਕ ਹੈ ਪ੍ਰਮਾਤਮਾ ਨੇ ਆਪਣੇ ਆਪ ਨੂੰ ਆਪ ਸਾਜਿਆ ਪਰ ਇਹ ਸੱਚ ਹੈ ਵੀ ਇਹ ਗੱਲ ਖਾਨੇ ਚ ਨਹੀਂ ਪੈਂਦੀ ਵੀ ਇਹ ਕਿਵੇਂ ਹੋ ਸਕਦਾ ਹੈ ਪ੍ਰਮਾਤਮਾ ਨੇ ਆਪਣੇ ਆਪ ਨੂੰ ਆਪ ਹੀ ਸਾਜ ਲਿਆ। ਤੋਂ ਅਸਲ ਗੱਲ ਇਹ ਹੈ ਗੁਰਮੁਖੋ ਜੇ ਇਹ ਗੱਲ ਸਮਝ ਵਿੱਚ ਆ ਜਾਏ ਫਿਰ ਉਹ ਪਰਮਾਤਮਾ ਹੀ ਕਹਾਦਾ ਹੈ। ਉਹਦੀ ਮੁਕੰਮਲ ਬਾਤ ਸਾਡੀ ਸਮਝ ਵਿੱਚ ਆ ਜਾਏ ਤੇ ਉਹਦਾ ਜਿਹੜਾ ਵਿਰਾਟਪਨ ਹੈ ਉਹ ਕਿੱਥੇ ਰਹਿ ਜਾਂਦਾ ਹੈ। ਮਨੁੱਖੀ ਸੋਚ ਬੜੀ ਸੀਮਤ ਹੈ। ਵਿਸ਼ੇਸ਼ਟ ਜੀ ਨੂੰ ਇੱਕ ਦਿਨ ਸ਼੍ਰੀ ਰਾਮ ਜੀ ਨੇ ਕਿਹਾ ਸੀ ਵੀ ਤੁਸੀਂ ਜਿਸ ਭਗਵਾਨ ਦੀ ਐਡੀ ਲੰਬੀ ਚੌੜੀ ਵਿਆਖਿਆ ਕਰਦੇ ਹੋ ਉਹ ਕਿਸ ਤਰ੍ਹਾਂ ਦਾ ਹੈ ਉਹਦੇ ਦਰਸ਼ਨ ਕਰਾ ਦਿਓ ਤਾਂ ਕਹਿੰਦੇ ਨੇ ਵੀ ਸੂਈ ਦੇ ਕੇ ਨਾ ਤੇ ਕਹਿਣ ਲੱਗੇ RAM ਇਹ ਸੂਈ ਦੇ ਨੱਕੇ ਵਿੱਚੋਂ ਜਿਸ ਦੁਲੀਚੇ ਦੇ ਉੱਤੇ ਤੂੰ ਬੈਠਾ ਹੈ ਉਸ ਦੁਲੀਚੇ ਨੂੰ ਇਹ ਸੂਈ ਦੇ ਨੱਕੇ ਵਿੱਚੋਂ ਕੱਢ ਦੇ ਉਹ ਕਹਿਣ ਲੱਗਾ ਮਹਾਰਜ ਇਹ ਸੂਈ ਦਾ ਜਿਹੜਾ ਬਰੀਕ ਜਿਹਾ ਨੱਕਾ ਹੈ ਉਹਦੇ ਵਿੱਚੋਂ ਇਹ ਦੁਲੀਚਾ ਇੰਨਾ ਚੌੜਾ ਲੰਬਾ ਕਿਵੇਂ ਨਿਕਲ ਸਕਦਾ ਹੈ ਉਹ ਕਹਿਣ ਲੱਗੇ ਇਸੇ ਤਰ੍ਹਾਂ ਇਹ ਜਿਹੜੀ ਸੀਮਤ ਜੀ ਸੋਚ ਏ ਇਹਦੇ ਵਿੱਚ ਮੁਕੰਮਲ ਪ੍ਰਮਾਤਮਾ ਨਹੀਂ ਸਮਾ ਸਕਦਾ ਉਹਦੇ ਬਾਰੇ ਕੁਝ ਤੁਸੀਂ ਜਾਣ ਸਕਦੇ ਹੋ ਔਰ ਮਹਾਰਾਜ ਨੇ ਪ੍ਰੇਰਣਾ ਕੀਤੀ ਵੀ ਜਾਣਣਾ ਪਰ ਅੰਤ ਲੈਣ ਵਾਲੀ ਗੱਲ ਨਹੀਂ ਤੋਂ ਮੈਂ ਅਰਜ਼ ਕਰ ਰਿਹਾ ਹਾਂ ਹਜ਼ੂਰ ਕਹਿੰਦੇ ਨੇ ਸਭ ਤੋਂ ਪਹਿਲਾਂ ਉਹਨੇ ਆਪਣੇ ਆਪ ਨੂੰ ਸਾਜਿਆ ਫਿਰ ਆਪ ਹੀ ਨੇ ਰਚਿਓ ਨਾਉ ਦੂਸਰਾ ਸਟੈਪ ਕੀ ਇਹ ਦੋਈ ਕੁਦਰਤ ਸਾਜਿਆ ਪਹਿਲਾਂ ਕਾਦਰ ਫਿਰ ਕੁਦਰਤ ਅਵਲ ਅੱਲਾ ਨੂਰ ਨੂਰ ਉਪਾਇ ਫਿਰ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪੇ ਆ ਕੌਣ ਭਲੇ ਕੋ ਮੰਦੇ ਭਗਤ ਨਾਮਦੇਵ ਸਾਹਿਬ ਸ੍ਰਿਸ਼ਟੀ ਰਚਨਾ ਬਾਰੇ ਇਸ਼ਾਰਾ ਕਰਦੇ ਨੇ ਕਹਿੰਦੇ ਨੇ ਪਹਿਲ ਪੁਰੀਏ ਪੁੰਡਰਕ ਵੰਨਾ ਤਾਂ ਚੇ ਹੰਸਾ ਸਗਲੇ ਜਨਾਂ ਖੈਰ ਇਹ ਥੋੜਾ ਜਿਹਾ ਅਲੱਗ ਵਿਸ਼ਾ ਹੈ ਸ੍ਰਿਸ਼ਟੀ ਰਚਨਾ ਦਾ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਓ ਦੋ ਹੀ ਕੁਦਰਤ ਸਾਜੀ ਹੈ ਕਰ ਆਸਣ ਉਹ ਕਰਤਾ ਇਸ ਤਰ੍ਹਾਂ ਦਾ ਹੈ ਐ ਜਿਸ ਗੁਰਦੁਆਰੇ ਵਿੱਚ ਅਸੀਂ ਬੈਠੇ ਆ ਜਿਹੜੇ ਰਾਜ ਮਿਸਤਰੀਆਂ ਨੇ ਦੀਆਂ ਦੀਵਾਰਾਂ ਬਣਾਈਆਂ ਲੱਕੜ ਵਾਲਿਆਂ ਨੇ ਦਰਵਾਜ਼ੇ ਖਿੜਕੀਆਂ ਬਣਾਏ ਹੋ ਸਕਦਾ ਇਸ ਦੁਨੀਆ ਵਿੱਚ ਨਾ ਹੋਣ ਰੁਕਸਤ ਹੋ ਗਏ ਨੇ ਕਿਰਤ ਇੱਥੇ ਹੈ ਆਪ ਕੀਤੇ ਹੋਰ ਚਲੇ ਗਏ ਪਰ ਨਿਰੰਕਾਰ ਦੀ ਇੱਕ ਵਿਲੱਖਣ ਗੱਲ ਏ ਵੀ ਉਹ ਜਿਹਨੂੰ ਬਣਾਉਂਦਾ ਹੈ ਨਾ ਉਹਦੇ ਨਾਲੋਂ ਅਲੱਗ ਨਹੀਂ ਹੁੰਦਾ ਉਹਦੇ ਵਿੱਚ ਚੌਂਕੜੀ ਮਾਰ ਕੇ ਬੈਠ ਜਾਂਦਾ ਕਰ ਆਸਣ ਫਿਰ ਅੱਗੇ ਕੀ ਕਹਿੰਦੇ ਨੇ ਦਾਤਾ ਕਰਤਾ ਆਪ ਤੂੰ ਮੈਂ ਕਿਉਂ ਅਰਜ਼ ਕਰ ਰਿਹਾ हजूर अज बख्शिश कर रहे हैं ने गुर पूरा आराध एकस की लिवला एक नाल जुड़ शामी मत दो जुड़ गए सनातन मत तीन जुड़ गया और गुरु नानक साहब कह लगे भी एक नाल जुड़ अलामा इकबाल कह गुरु नानक ने पहला नारा ये दिता भी फिर उठी आखिर सदा तौहीद की पंजाब से और हिंद को एक मरदे कामिल ने जगया ख्वाब से ਤੋਹੀਦ ਕਹਿੰਦੇ ਨੇ ਇੱਕ ਈਸ਼ਵਰਵਾਦ ਨੂੰ ਪੰਜਾਬ ਚੋਂ ਇੱਕ ਮਰਦ ਉੱਠਿਆ ਉਹਨੇ ਇੱਕ ਨਾਲ ਲੋਕਾਂ ਨੂੰ ਜੋੜਿਆ ਤਿੰਨਾਂ ਨਾਲ ਨਹੀਂ ਜੋੜਿਆ ਦੂ ਨਾਲ ਨਹੀਂ ਜੋੜਿਆ ਈਵਨ ਆਪਣੇ ਨਾਲ ਵੀ ਨਹੀਂ ਜੋੜਿਆ ਇੱਕ ਨਿਰੰਕਾਰ ਨਾਲ ਜੋੜਿਆ ਤੋ ਕੀ ਹੋਇਆ ਦਾਤਾ ਕਰਤਾ ਆਪ ਤੂੰ ਤ੍ਰਿਦੇਵ ਦੀ ਗੱਲ ਨਹੀਂ ਦਾਤਾ ਦੇਣ ਵਾਲਾ ਵੀ ਤੂੰ ਏ ਕਰਤਾ ਬਣਾਉਣ ਵਾਲਾ ਵੀ ਤੂੰ ਏ ਤਸ ਦੇਵੇਂ ਤਰੁੱਟ ਕੇ ਸਾਨੂੰ ਦੇਣਾ ਕਰੇ ਪਸਾਓ ਤੂੰ ਜਾਣੋਈ ਸਭ ਸੇ ਸਾਡੇ ਸਾਰਿਆਂ ਦੀ ਦਿਲ ਦੀ ਜਾਣਨ ਵਾਲਾ ਹੈ ਦੇ ਲੈਸੇ ਜਿੰਦ ਕਵਾਓ ਜਿੰਦ ਤੇ ਕਵਾਓ ਸਰੀਰ ਇਹ ਪਿੰਡਾ ਪਿੰਡੇ ਵਿੱਚ ਪ੍ਰਾਣ ਆਤਮਾ ਇਹ ਤੂੰ ਆਪ ਹੀ ਸਾਨੂੰ ਦੇਣਾ ਤੇ ਆਪ ਹੀ ਸਾਡੇ ਤੋਂ ਵਾਪਸ ਲੈ ਲੈਣਾ ਕੋਈ ਤ੍ਰੀ ਦੇਵ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਜਿਹੜੇ ਨੇ ਉਹਨਾਂ ਦੀ ਹੋਂਦ ਇੱਥੇ ਨਹੀਂ ਕੰਮ ਕਰਦੀ ਤੇਰੀ ਸੱਤਾ ਹੀ ਚਾਰ ਛੇਰੇ ਕੰਮ ਕਰ ਰਹੀ ਹੈ ਤੁਸ ਦੇਵਾਂ ਕਰੈ ਪਸਾਓ ਤੂੰ ਜਾਂ ਹੋਈ ਸਭ ਸੈ ਦੇ ਲੈਸੈ ਜਿੰਦ ਕਵਾਓ ਫਿਰ ਕਹਿੰਦੇ ਨੇ ਕਰ ਆਸਣ ਦਿੱਠੋ ਜਾ ਇਸ ਲਈ ਗੁਰਪੂਰਾ ਆਰਾਧਨਿਤ ਨਿਤ ਨਿਤ ਉਸ ਗੁਰੂ ਜਿਹੜਾ ਉਹਦੇ ਚਰਨਾਂ ਨਾਲ ਜੋੜ ਕਿਉਂਕਿ ਉਹ ਗੁਰੂ ਤੈਨੂੰ ਇੱਕ ਅਕਾਲ ਪੁਰਖ ਵੈ ਗੁਰੂ ਦੇ ਨਾਲ ਜੋੜੇਗਾ ਇਸ ਵਾਸਤੇ ਜਿਨ੍ਹਾਂ ਨੂੰ ਸਮਝ ਆਈ ਭਲੇਖਾ ਨਾ ਲੱਗੇ ਗੁਰੂ ਅਮਰਦਾਸ ਮਹਾਰਾਜ ਜਦੋਂ ਗੁਰੂ ਦਰਬਾਰ ਵਿੱਚ ਨਹੀਂ ਸਨ ਆਏ ਸਿੱਖੀ ਨਹੀਂ ਸੀ ਅਜੇ ਪ੍ਰਾਪਤ ਹੋਈ ਤੇ ਗੁਰੂ ਸਵਾਰਯੋ ਬਾਸਰ ਕੇ ਤੋਂ ਹਰਦਵਾਰ ਪੈਦਲ ਯਾਤਰਾ ਕਰਕੇ ਗੰਗਾ ਦਾ ਇਸ਼ਨਾਨ ਕਰਨ ਜਾਂਦੇ ਸਨ। ਔਰ ਫਿਰ ਸਮਾਂ ਆਇਆ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਪੁੱਤਰੀ ਬੀਬੀ ਅਮਰੋ ਜੋ ਸ੍ਰੀ ਅਮਰਦਾਸ ਦੇ ਭਰਾ ਮਾਨਕ ਚੰਦ ਦੇ ਪੁੱਤਰ ਜਸੂ ਦੀ ਧਰਮ ਪਤਨੀ ਸੀ ਉਹਦੇ ਤੋਂ ਸ਼ਬਦ ਸੁਣਿਆ ਕਰਨੀ ਕਾਗਦ ਮੰ ਮਸਵਾਣੀ ਬੁਰਾ ਪਲਾਦੋ ਲੇਖ ਪਏ ਜੀਵਨ ਵਿੱਚ ਕ੍ਰਾਂਤੀ ਆਈ ਗੁਰੂ ਕੇ ਸਿੱਖ ਬਣੇ ਔਰ ਫਿਰ ਇੱਕ ਦਿਨ ਉਹ ਵੀ ਆਇਆ ਜਿੱਦਨ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਪਟਾਨੇ ਤਾਰੀਫ ਕੀਤੀ ਗੁਰੂ ਸਾਹਿਬਾਨ ਦੀ ਔਰ ਉਸ ਉਸਤਤ ਵਿੱਚ ਪਟਾਤ ਸਾਹਿਬਾਨ ਨੇ ਇੱਕ ਬਚਨ ਇਹ ਵੀ ਕੀਤਾ ਦੁਨੀਆਂ ਦੇ ਲੋਗੋ ਭਲੇਖੇ ਚ ਨਾ ਰਿਓ ਗੁਰੂ ਦਰਬਾਰ ਵਿੱਚ ਆਉਣ ਤੋਂ ਪਹਿਲਾਂ ਗੁਰੂ ਸਾਹਿਬ ਦੀ ਜੋ ਜੀਵਨ ਸ਼ੈਲੀ ਸੀ ਉਹ ਅਲੱਗ ਸੀ ਪਰ ਜਿਸ ਦਿਨ ਗੁਰੂ ਦਰਬਾਰ ਵਿੱਚ ਆ ਗਏ ਉਸ ਤੋਂ ਬਾਅਦ ਉਹਨਾਂ ਦਾ ਜੋ ਜੀਵਨ ਦੀ ਸ਼ੈਲੀ ਸੀ ਉਹ ਬਿਲਕੁਲ ਬਦਲ ਗਈ ਕਹਿਣ ਲੱਗੇ ਕੀ ਕਹਿਣਾ ਚਾਹੁੰਦੇ ਹੋ ਤੇ ਪੱਟਾ ਨੇ ਜਿਹੜੇ ਬੋਲ ਕਹੇ ਉਹ ਸਾਡੇ ਅੱਜ ਦੇ ਵਿਸ਼ੇ ਨਾਲ ਸੰਬੰਧ ਰੱਖਦੇ ਨੇ ਕਹਿਣ ਲੱਗੇ ਐ ਗੁਰੂ ਅਮਰਦਾਸ ਤਹ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੂੰਹ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਨੋ ਐ ਗੁਰੂ ਅਮਰਦਾਸ ਤੂੰ ਜੇ ਸਾਹਿਤ ਪੜਿਆ ਲਿਟਰੇਚਰ ਪੜਿਆ ਤੇ ਉਹ ਲਿਟਰੇਚਰ ਪੜਿਆ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਬਾਰੇ ਕੋਈ ਗੱਲ ਕਰਦਾ ਦੂਜਾ ਲਿਟਰੇਚਰ ਨਹੀਂ ਪੜਿਆ ਜੇ ਮਨ ਵਿੱਚ ਤੂੰ ਕਿਸੇ ਨੂੰ ਟਿਕਾਇਆ ਤੇ ਇੱਕ ਅਕਾਲ ਪੁਰਖ ਨੂੰ ਟਿਕਾਇਆ ਕਿਸੇ ਹੋਰ ਨੂੰ ਆਪਣੀ ਸੁਰਤ ਵਿੱਚ ਨਹੀਂ ਲਿਆਂਦਾ ਇੱਕ ਨੂੰ ਹੀ ਤੂੰ ਪਛਾਣਿਆ ਅੱਖਾਂ ਨਾਲ ਇੱਕ ਨੂੰ ਵੇਖਿਆ ਕੀ ਸੈਂਸ ਹੈ ਜੀ ਅੱਖਾਂ ਨਾਲ ਤੇ ਬਹੁਤ ਲੋਕਾਂ ਨੂੰ ਵੇਖਿਆ ਹੋਵੇਗਾ ਜਿਸ ਵਕਤ ਲੋਕਾਈ ਨੂੰ ਵੇਖਿਆ ਨਾ ਤੇ ਆਖਿਆ ਹੈ ਇਹ ਵੀ ਨਿਰੰਕਾਰ ਹੀ ਪਰ ਇਹ ਨਿਰੰਕਾਰ ਦਾ ਸਰਗੁਣ ਸਰੂਪ ਏ ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਦੋਏ ਦੋਏ ਲੋਚਨ ਪੇਖਾਂ ਮੈਂ ਦੂਆਂ ਦੂਆਂ ਅੱਖਾਂ ਨਾਲ ਦੇਖਣਾ ਤੇ ਜਿੱਧਰ ਵੀ ਦੇਖਣਾ ਪਤਾ ਕੀ ਵਾਪਰਦਾ ਹੋਂ ਹਾਰ ਬਿਨ ਔਰ ਨਾ ਦੇਖਾਂ ਫਰਕ ਪਤਾ ਕੀ ਏ ਫਰਕ ਇਹ ਹੈ ਵੀ ਜਿਸ ਤਰ੍ਹਾਂ ਬੇਟੀ ਦੀ ਉਮਰ ਦੀ ਕੋਈ ਬੱਚੀ ਹੈ ਨਾ ਉਹਨੂੰ ਇਸ ਤਰ੍ਹਾਂ ਦੇਖੀਏ ਜਿਸ ਤਰ੍ਹਾਂ ਆਪਣੀ ਬੇਟੀ ਨੂੰ ਦੇਖਨੇ ਆ ਆਪਣੇ ਬਰਾਬਰ ਦੀ ਏ ਉਹਨੂੰ ਇੰਜ ਵੇਖੀਏ ਜਿਵੇਂ ਆਪਣੀ ਭੈਣ ਨੂੰ ਦੇਖਨੇ ਆ ਔਰ ਵੱਡੀ ਏ ਜਿਸ ਤਰ੍ਹਾਂ ਆਪਣੀ ਮਾਂ ਨੂੰ ਦੇਖਨੇ ਆ ਉਹਨੂੰ ਇਸ ਇਸੇ ਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾ ਧੀਆਂ ਧੀਆਂ ਜਾਣੇ ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮ ਚਾਤਰਕ ਕਹਿੰਦੇ ਨੇ ਅੱਖੀਓ ਤੱਕਣਾ ਬਾਣ ਤੂੰ ਸਾਡੀ ਕੌਣ ਕਹੇ ਤੁਸੀਂ ਤੱਕੋ ਨਾ ਜਗਤ ਤਮਾਸ਼ਾ ਜਮ ਜਮ ਤੱਕੋ ਤੱਕਦੀਆਂ ਤੱਕਦੀਆਂ ਠਕੋ ਨਾ ਪਰ ਇਸ ਤੱਕ ਵਿੱਚ ਚੇਤਾ ਰੱਖਿਓ ਮੈਲੀਆਂ ਮੂਲ ਨਾ ਹੋਇਓ ਜੀ ਤੱਕਣਾ ਗੁਨਾਹ ਨਹੀਂ ਮੈਲ ਨਾਲ ਤੱਕਣਾ ਗੁਨਾਹ ਹੈ ਪਰ ਇਸ ਤੱਕ ਵਿੱਚ ਚੇਤਾ ਰੱਖਿਓ ਮੈਲੀਆਂ ਮੂਲ ਨਾ ਹੋਇਓ ਜੇ ਜੀਵਨ ਦਾਤੇ ਦੇ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਫਕੋ ਨਾ ਦੋਏ ਦੋਏ ਲੋਚਨ ਪੇਖਾਂ ਹਉ ਹਾਰ ਬਿਨ ਔਰ ਨਾ ਦੇਖਾਂ ਨੈਣ ਰਹਿ ਰੰਗ ਲਾਈ ਅੱਖਾਂ ਤੇ ਪਿਆਰ ਪਾ ਬੈਠੀਆਂ ਨੇ ਸਰਗੁਣ ਸਰੂਪ ਨਾ ਅਬ ਬੇ ਗੱਲ ਹੁਣ ਦੂਜੀ ਗੱਲ ਕੀ ਸੈਂਸ ਹੈ ਭਈ ਐ ਰੱਬ ਨਹੀਂ ਇਹ ਗੱਲ ਤੇ ਮੈਨੂੰ ਆਉਂਦੀ ਨਹੀਂ ਮੈਨੂੰ ਤੇ ਹਰ ਇੱਕ ਦੇ ਵਿੱਚ ਰੱਬ ਹੀ ਨਜ਼ਰ ਆ ਰਿਹਾ ਔਰ ਮੈਂ ਕਹਿ ਰਿਹਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਨਹੀਂ ਕੋਈ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਨ ਮੋਹ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਨ ਇਕੋ ਜੇ ਲੱਖ ਲੱਖੋਂ ਅਲਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਾਲਪ ਪੜੈ ਤੂੰ ਇੱਕ ਲੋੜੈ ਇੱਕ ਮੰਨਿਓ ਆ ਜਿਹੜੇ ਲੱਖਾਂ ਇੱਕ ਤੋਂ ਹੋਏ ਨੇ ਇਕੋ ਜੇ ਲੱਖ ਤੇ ਉਹ ਜਿਹੜੇ ਲੱਖਾਂ ਨੇ ਲੱਖੋਂ ਅਲਖ ਹੈ ਉਹਨਾਂ ਨੂੰ ਤੂੰ ਨਜ਼ਰ ਨਹੀਂ ਆਉਂਦਾ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਾਲਪ ਪੜੈ ਤੂੰ ਇੱਕ ਲੋੜੈ ਇੱਕ ਮੰਨੈ ਇੱਕ ਨੂੰ ਤੂੰ ਲੋੜਿਆ ਔਰ ਇੱਕ ਨੂੰ ਤੂੰ ਮੰਨਿਆ ਦੋਹਾਂ ਦੀ ਗੱਲ ਨਹੀਂ ਤਿੰਨਾਂ ਦੀ ਗੱਲ ਨਹੀਂ ਔਰ ਬਹੁਤ ਜ਼ਿਆਦਿਆਂ ਦੀ ਗੱਲ ਨਹੀਂ ਇਸ ਦੇਸ਼ ਦੀ ਤੇ ਇਹ ਵਿਡੰਬਣਾ ਰਹੀ ਏ ਜਦੋਂ ਹਿੰਦੁਸਤਾਨ ਦੀ ਸਰਜ਼ਮੀਨ ਦੇ ਉੱਤੇ ਆਬਾਦੀ ਸਿਰਫ 1 ਕਰੋੜ ਸੀ ਇੱਥੇ ਉਦੋਂ ਵੀ 33 ਕਰੋੜ ਦੇਵੀ-ਦੇਵਤਿਆਂ ਦੀ ਪੂਜਾ ਹੁੰਦੀ ਸੀ ਖਿਮਾ ਕਰਨਾ ਜਿਨ੍ਹਾਂ ਦੀ ਇਹ ਆਸਥਾ ਏ ਉਹ ਜੰਮ-ਜੰਮ ਕੇ ਕਰਨ ਪਰ ਗੁਰਸਵਾਰੋ ਗੁਰਮਤ ਵਿੱਚ ਇੱਕ ਈਸ਼ਵਰਵਾਦ ਦੀ ਗੱਲ ਹੈ ਸਤਲੋਜ ਦਾ ਪਾਣੀ ਆਇਆ ਉਹ ਜਾਨ ਮਾਲ ਦਾ ਨੁਕਸਾਨ ਕਰ ਗਿਆ ਇਹ ਕੀ ਹੈ ਜੀ ਖਵਾਜਾ ਪੀਰ ਏ ਉਹਦੇ ਕੰਡੇ ਤੇ ਜਾ ਕੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਸੱਪ ਵੱਢ ਗਿਆ ਉਹਦੇ ਜ਼ਹਿਰ ਨਾਲ ਬੰਦਾ ਮਰ ਗਿਆ ਸੱਪ ਦੀ ਪੂਜਾ ਸ਼ੁਰੂ ਹੋ ਗਈ ਪਿੱਪਲ ਦੀ ਪੂਜਾ ਸ਼ੁਰੂ ਹੋ ਗਈ ਗਾਂ ਦੀ ਪੂਜਾ ਸ਼ੁਰੂ ਹੋ ਗਈ ਮੱਝ ਦੀ ਪੂਜਾ ਸ਼ੁਰੂ ਹੋ ਗਈ ਵਰਾਹ અવਤਾਰ ਇੱਥੋਂ ਤੱਕ ਸੂਰਜ ਸੂਰ ਦੀ ਪੂਜਾ ਜਿਹੜੀ ਏ ਉਹ ਸ਼ੁਰੂ ਹੋ ਗਈ ਡਰ ਵਿੱਚੋਂ ਪੂਜਾ ਜਿਹੜੀਆਂ ਨੇ ਨਿਕਲੀਆਂ ਸਿੱਖੀਜ਼ਮ ਨੇ ਸਾਨੂੰ ਇੱਕ ਈਸ਼ਵਰਵਾਦ ਨਾਲ ਜੋੜਿਆ ਜਿਸ ਪਾਣੀ ਤੋਂ ਡਰਦੇ ਉਹਦੀ ਪੂਜਾ ਕਰਦੇ ਸਾਂ ਬੰਨ ਮਾਰ ਕੇ ਉਹਨੂੰ ਰੋਕ ਦਿੱਤਾ ਉਹਦਾ ਪਾਣੀ ਡਿੱਗਦਾ ਉਹਦੇ ਨਾਲ ਬਿਜਲੀ ਬਣਦੀ ਏ ਗਰਮੀਆਂ ਦੇ ਵਿੱਚ ਉਹ 에어 ਕੰਡੀਸ਼ਨ ਜਿਹੜਾ ਸਾਨੂੰ ਕਮਰਾ ਠੰਡਾ ਕਰਦਾ ਸਰਦੀਆਂ ਦੇ ਵਿੱਚ ਹੀਟਰ ਲਾ ਕੇ ਬੈਠ ਜਾਂਦੇ ਆ ਉਹ ਸੇਵਾ ਕਰਨ ਲੱਗ ਪਿਆ ਸਮਝ ਆ ਗਈ ਵੀ ਇਹ ਖਵਾਜਾ ਪੀਰ ਨਹੀਂ ਇਹਨੂੰ ਕਾਬੂ ਕਰਨ ਦੀ ਜ਼ਰੂਰਤ ਸੀ ਕੰਟਰੋਲ ਕਰਨ ਦੀ ਜ਼ਰੂਰਤ ਸੀ ਇਹ ਮਾਂ ਜਾਨ ਮਾਲ ਦਾ ਨੁਕਸਾਨ ਕਰਨ ਦੀ ਬਜਾਏ ਜਾਨ ਮਾਲ ਦੀ ਹਿਫਾਜ਼ਤ ਵੀ ਕਰ ਸਕਦਾ ਕਾਬੂ ਕਰ ਲਿਆ ਮਨੁੱਖ ਨੇ ਵਿਕਾਸ ਕੀਤਾ ਸਾਇੰਸ ਨੇ ਤਰੱਕੀ ਕੀਤੀ ਸਮਝ ਆਈ ਬਈ ਇਹ ਕਿਰਤ ਕਿਰਤ ਹੈ ਇਹ ਕਰਤਾ ਨਹੀਂ ਔਰ ਸਾਨੂੰ ਹੁਕਮ ਕਰ ਦਿੱਤਾ ਬਈ ਇਹ ਬੰਦਿਆ ਤੂੰ ਕਿਰਤ ਨਾਲ ਨਹੀਂ ਜੁੜਨਾ ਤੂੰ ਵਾਗਰੂ ਦੇ ਕਰਤੇ ਦੇ ਨਾਲ ਜੁੜਨਾ ਤੂੰ ਚਿੱਤਰਕਾਰ ਨਾਲ ਜੁੜਨਾ ਹੈ ਚਿੱਤਰ ਨਾਲ ਨਹੀਂ ਜੁੜਨਾ ਤੂੰ ਮੁਸੱਬਰ ਨਾਲ ਜੁੜਨਾ ਹੈ ਤਸਵੀਰ ਨਾਲ ਨਹੀਂ ਜੁੜਨਾ ਤੂੰ ਡਾਇਰੈਕਟਰ ਨਾਲ ਜੁੜਨਾ ਹੈ ਐਕਟਰ ਨਾਲ ਨਹੀਂ ਜੁੜਨਾ ਚੱਚਾ ਰਚਤ ਚਿੱਤਰ ਹੈ ਭਾਰੀ ਤਦ ਚਿੱਤਰ ਹੈ ਚੇਤੋ ਚਿਤਕਾਰੀ ਚਿਤਰ ਬਚਿਤਰ ਇਹ ਹੈ ਅਬਝੇਰਾ ਲਿਖਿਆ ਤਜ ਚਿਤਰੇ ਚਿਤਰਾਖ ਚ ਤੇਰਾ ਕਰਦੇ ਵਿੱਚ ਸੋਭਾ ਸਿੰਘ ਦੀ ਬਣੀ ਹੋਈ ਤਸਵੀਰ ਹੈ ਉਹਦੀ ਤਾਰੀਫ ਕਰ ਰਹੇ ਆ ਸੋਭਾ ਸਿੰਘ ਦਰਵਾਜ਼ੇ ਤੇ ਖੜਾ ਇੱਕ ਗਲਾਸ ਪਾਣੀ ਦਾ ਮੰਗ ਰਿਹਾ ਉਹਨੂੰ ਕੋ ਪੁੱਛ ਨਹੀਂ ਰਿਹਾ ਇਹ ਤੇ ਗੱਲ ਨਾ ਬਣੀ ਕਸ਼ਮੀਰ ਦੀਆਂ ਵਾਦੀਆਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਪਰ ਜਿੰਨੇ ਇੱਕ ਝਟਕੇ ਨਾਲ ਕਸ਼ਮੀਰ ਦੀਆਂ ਵਾਦੀਆਂ ਬਣਾ ਦਿੱਤੀਆਂ ਕਦੀ ਉਹਦਾ ਵੀ ਨਾਂ ਲੈ ਲਿਆ ਕਰ ਤਸਵੀਰਾਂ ਨਾਲ ਨਾ ਜੁੜ ਤਸਵੀਰਾਂ ਬਣਾਉਣ ਵਾਲੇ ਨਾਲ ਜੁੜ ਕੁਦਰਤ ਨਾਲ ਨਾ ਜੁੜ ਕੁਦਰਤ ਵਿੱਚੋਂ ਆਨੰਦ ਲਏ ਅਸਲ ਵਿੱਚ ਕਾਦਰ ਨਾਲ ਜੁੜ ਕਿਉਂਕਿ ਇਸ ਤਰ੍ਹਾਂ ਦੀਆਂ ਕਈ ਕੁਦਰਤਾਂ ਉਹ ਬਣਾ ਸਕਦਾ ਹੈ ਇਹ ਸਾਨੂੰ ਉਪਦੇਸ਼ ਏ ਸਿੱਖੀਸਮ ਦਾ ਇਹ ਠੋਸ ਉਪਦੇਸ਼ ਏ ਵੀ ਸਿੱਖ ਨੇ ਇੱਕ ਅਕਾਲ ਪੁਰਖ ਵੈਗਰੂ ਨਾਲ ਜੁੜਨਾ ਹੈ